ਆਦਰ ਸਮੂਹ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਸਰ ਗਗਨਦੀਪ ਜੀ, ਮੈਂ ਇੱਕ ਜ਼ਰੂਰ ਪੁੱਛਾਂਗਾ ਕਿ ਇੱਕ ਜਿਹੜੀ ਹੈ ਅਕਸਰ ਇਹ ਗੱਲ ਮੈਂ ਕਈ ਵਾਰੀ ਬੰਦਿਆਂ ਕੋਲੋਂ ਜਿਹੜੀ ਹੈ ਉਹ ਗੱਲ ਪੁੱਛਦਾ ਜਾਂ ਕੋਈ ਮੈਂ ਕੰਨਾਂ ਦੇ ਵਿੱਚ ਮੇਰੇ ਉਹ ਤੁਰਦੇ ਫਿਰਦੇ ਮਤਲਬ ਇਹ ਸੁਣੀ ਹੈ ਕਿ ਮੁਸਲਿਸਗੜ੍ਹ ਜਿਹੜਾ ਉਹ ਤੋਂ ਲੋਹਗੜ੍ਹ ਸਥਾਪਿਤ ਹੋਇਆ, ਰਾਈਟ? ਮਤਲਬ ਕਿ ਲੋਹਗੜ੍ਹ ਆਪਣੇ ਆਪ ਦੇ ਵਿੱਚ ਲੋਹਗੜ੍ਹ ਨਹੀਂ ਸੀ, ਕਿਸੇ ਹੋਰ ਸ਼ਹਿਰ ਤੋਂ। ਇਹਦੀ ਡਿਟੇਲ ਜਾਣਕਾਰੀ ਜਿਹੜੀ ਹੈ ਸਾਡੇ ਵਿਦੇਸ਼ੀ ਕੋਈ, ਜਿੰਨੇ ਇਤਿਹਾਸਕਾਰ ਨੇ, ਜਿੰਨੇ ਹਿਸਟੋਰੀਅਨ ਨੇ ਅੱਜ ਤੱਕ, ਉਹ ਮੱਖੀ ਦੇ ਮੱਖੀ ਮਾਰ ਰਹੇ ਨੇ ਔਰ ਦੱਸ ਰਹੇ ਨੇ ਕਿ ਮੁਖਲਿਸਗੜ੍ਹ ਨਾਮ ਦੀ ਜਗ੍ਹਾ ਸੀ ਜੋ ਕਿ ਸ਼ਾਹਜਹਾਂ ਦਾ ਬਣਾਇਆ ਹੋਇਆ ਰੰਗ ਮਹਿਲ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਕੈਪਚਰ ਕਰਕੇ ਔਰ ਉਹਨੂੰ ਖਾਲਸਾ ਰਾਜਧਾਨੀ ਡਿਕਲੇਅਰ ਕਰਤਾ ਸੀ। ਇਹ ਸਾਰੇ ਹਿਸਟੋ, ਜੇ 100 ਕਿਤਾਬਾਂ ਨੇ 100 ਦੀ 100 ਕਿਤਾਬਾਂ ਇਹ ਗੱਲ, ਉਹ ਤੇ ਫਿਰ ਇੱਕ ਕਿਤਾਬ ਤੋਂ ਜਾਗ ਲੱਗਾ ਹੋਇਆ। ਹਾਂਜੀ ਹਾਂਜੀ, ਜਦੋਂ ਅਸੀਂ 125 ਕਿਲੋਮੀਟਰ 'ਚ ਚੈੱਕ ਕੀਤਾ ਨਾ, ਮੁਖਲਿਸਗੜ੍ਹ ਦੇ ਨਾਮ ਇੱਕ ਇੰਚ ਵੀ ਜਗ੍ਹਾ ਨਹੀਂ ਮਿਲਦੀ, ਨਾ ਕੋਈ ਸ਼ਹਿਰ ਮਿਲਦਾ ਉਹ ਨਾਮ ਦਾ ਹਿਸਟਰੀ ਦੇ ਵਿੱਚ ਪੁਰਾਣਾ ਨਹੀਂ। ਹਿਸਟਰੀ ਕਿ ਮੌਕੇ ਦੇ ਉੱਪਰ ਨਹੀਂ ਮਿਲ ਰਿਹਾ, ਮੌਕੇ ਦੇ ਉੱਤੇ ਨਹੀਂ ਮਿਲਦਾ, ਕਿਉਂਕਿ ਹਿਸਟਰੀ ਇੰਨੀ ਪੁਰਾਣੀ ਨਹੀਂ ਹੈ, ਸਿਰਫ 300 ਸਾਲ ਪੁਰਾਣੀ ਗੱਲ ਹੈ। ਔਰ ਜੇ ਲੋਹਗੜ੍ਹ ਦੇ ਨਾਮ 3000 ਏਕੜ ਜਗ੍ਹਾ ਹੈਗੀ ਹੈ ਰੈਵਨਿਊ ਰਿਕਾਰਡ ਦੇ ਵਿੱਚ ਪੌਂਟਾ ਸਾਹਿਬ, ਤਾਂ ਮੁਖਲਿਸਗੜ੍ਹ ਦੇ ਨਾਮ ਵੀ ਤਾਂ 1 ਇੰਚ ਜਗ੍ਹਾ ਹੋਣੀ ਚਾਹੀਦੀ ਹੈ ਨਾ, ਉਹ ਮਿਲੀ ਨਹੀਂ। ਫਿਰ ਅਸੀਂ ਕੀ ਹੋਇਆ ਕਿ ਫਾਰਸੀ ਦਾ ਇੱਕ ਪ੍ਰੋਫੈਸਰ ਮਿਲੇ ਸਾਨੂੰ ਦਿੱਲੀ ਯੂਨੀਵਰਸਿਟੀ ਦੇ, ਉਹਨਾਂ ਨੇ ਕਿਹਾ ਕਿ ਇੱਕ ਬੁੱਕ ਪਬਲਿਸ਼ ਹੋਈ ਸੀ ਇਰਫਾਨ ਹਬੀਬ ਦੀ, ਐਟਲਸ ਆਫ ਮੁਗਲ ਐਮਪਾਇਰ, ਤੁਸੀਂ ਉਹਨੂੰ ਰੈਫਰ ਕਰੋ। ਉਹ ਸਾਨੂੰ ਮਿਲੀ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ। ਉਹ ਫਿਰ ਅਸੀਂ ਬੜੇ ਪਿਆਰ ਨਾਲ ਉਹਦੀ ਫੋਟੋਕਾਪੀ ਲਿੱਤੀ, ਉੱਥੇ ਫੋਟੋਕਾਪੀ ਲਿੱਤੀ, ਤਾਂ ਉਹਨੂੰ ਜਦੋਂ ਸਟੱਡੀ ਕੀਤਾ ਤਾਂ ਸਾਨੂੰ ਮੁਖਲਿਸਗੜ੍ਹ ਮਿਲਿਆ ਉੱਤਰ ਪ੍ਰਦੇਸ਼ ਫੈਜ਼ਾਬਾਦ ਪਰਗਨਾ ਦੇ ਵਿੱਚ, ਯਮੁਨਾ ਦੇ ਕਿਨਾਰੇ। ਅਸੀਂ ਗੱਡੀ ਲਿੱਤੀ, ਮੌਕੇ ਦੇ ਉੱਪਰ ਗਏ, ਉਹ ਵਾਕਈ ਉੱਥੇ ਮੌਕੇ ਦੇ ਉੱਪਰ ਰੰਗ ਮਹਿਲ ਖੜਿਆ ਮਿਲਿਆ, ਅੱਜ ਵੀ ਖੜਿਆ। ਔਰ ਸਹਾਰਨਪੁਰ ਦੇ ਗਜ਼ਟੀਅਰ 'ਚ ਉਹਦਾ ਜ਼ਿਕਰ ਹੈ, ਉਹ ਅਲੀ ਮਾਰਕੰਡ ਖਾਨ 7000 ਦਾ ਮਨਸਬਦਾਰ, ਉਹਨੇ ਮਤਲਬ ਇਹਨੂੰ ਕੰਸਟਰਕਟ ਕੀਤਾ ਜਦੋਂ ਮੁਗਲ ਕੈਨਾਲ ਸੀ ਤੇ ਬਣਾਏ ਜਾ ਰਹੇ ਸੀਗੇ। ਔਰ ਉਹਦੇ ਨਾਮ 40-45 ਕਿੱਲੇ ਜ਼ਮੀਨ ਉੱਥੇ ਮੌਕੇ ਦੇ ਵੀ ਹੈ। ਸਭ ਤੋਂ ਖਾਸ ਗੱਲ ਕੀ ਹੈ, ਆਰਕਿਓਲੋਜੀਕਲ ਸਰਵੇ ਆਫ ਇੰਡੀਆ ਦੀ ਉਹ ਪ੍ਰੋਟੈਕਟਿਡ ਸਾਈਟ ਹੈ। ਓਹੋ! ਔਰ ਉਹਨੂੰ ਅਸੀਂ ਅੱਜ ਤੱਕ ਖਾਲਸਾ ਰਾਜਧਾਨੀ ਦੱਸ ਰਹੇ, ਅਸੀਂ ਉਸ ਪ੍ਰੋਟੈਕਟਿਡ ਸਾਈਟ ਦੇ ਨਜ਼ਦੀਕ ਵੀ ਨਹੀਂ ਜਾ ਸਕਦੇ। ਔਰ ਕਿਉਂਕਿ ਇਤਿਹਾਸਕਾਰਾਂ ਨੇ ਕਦੀ ਵੀ ਏਰੀਆ ਦਾ ਸਰਵੇ ਨਹੀਂ ਕੀਤਾ, ਔਰ ਉਹੀ ਵਾਰ ਲੱਕੀ ਕਿ ਸਾਡੀ ਉੱਥੇ ਪੋਸਟਿੰਗ ਸੀਗੀ ਔਰ ਸਾਨੂੰ ਉਸ ਏਰੀਆ ਦੇ ਐਕਸੈਸ ਸੀਗੇ, ਅਸੀਂ ਬਾਰ ਬਾਰ ਜਾਂਦੇ ਸੀ ਔਰ ਬਾਰ ਬਾਰ ਚੀਜ਼ਾਂ ਲੱਭ ਲਈਆਂ। ਅਸੀਂ ਤਾਂ ਇਹ ਕਹਿ ਸਕਦੇ ਵੀ ਇਹ ਜਿਹੜੇ ਇਤਿਹਾਸਕਾਰ ਆਪਣੇ ਆਪ ਨੂੰ ਅਖੌਤੀ ਕਹਾਉਂਦੇ ਆ, ਕਿਤੇ ਗਲਤੀ ਨਾਲ ਇਹਨਾਂ ਦੀ ਗੱਡੀ ਵੀ ਉਸ ਇਲਾਕੇ 'ਚ ਨਹੀਂ ਖਰਾਬ ਹੋਈ। ਨਹੀਂ ਖਰਾਬ ਹੋਈ। ਔਰ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਸਾਨੂੰ ਮਿਲੀ, ਸਾਨੂੰ ਇੱਕ ਮੱਸੇ ਰੰਗੜ ਦਾ ਮਹਿਲ ਮਿਲਿਆ। ਤੁਹਾਨੂੰ ਮੱਸੇ ਰੰਗੜ ਦੀ ਹਿਸਟਰੀ ਪਤਾ ਹੋਏਗੀ ਕਿ ਮੱਸੇ ਰੰਗੜ ਨੇ 1740 ਦਰਬਾਰ ਸਾਹਿਬ ਨੂੰ ਢਹਿਣਾ ਸ਼ੁਰੂ ਕਰਤਾ ਸੀ, ਬੇਅਦਬੀ ਸ਼ੁਰੂ ਕਰਤੀ ਸੀ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਸਿਰ ਵੱਢ ਕੇ ਬੁੱਢਾ ਜੋੜ ਲੈ ਕੇ, ਇੰਨੀ ਮੱਸੇ ਰੰਗੜ ਦੀ ਹਿਸਟਰੀ ਹੈ। ਅਤੇ ਅਸੀਂ ਜਦੋਂ 473 ਪਿੰਡਾਂ ਦੇ ਵਿੱਚ ਸਰਵੇ ਕੀਤਾ ਅਤੇ ਸਰਵੇ ਕਰਨ 'ਚ ਸਾਨੂੰ ਮੱਸੇ ਰੰਗੜ ਦਾ ਮਹਿਲ ਮਛਰੌਲੀ ਪਿੰਡ ਦੇ ਵਿੱਚ ਮਿਲਿਆ। ਹੁਣ ਮਛਰੌਲੀ ਪਿੰਡ ਐਕਸ ਮੀਤ ਪ੍ਰਧਾਨ SGPC ਦੇ ਕੰਟਰੋਲ 'ਚ ਹੈ ਉਹ, ਅਤੇ ਅਸੀਂ ਜਾ ਕੇ ਉਹਨੂੰ ਪੁੱਛਿਆ, ਪ੍ਰਧਾਨ ਸਾਹਿਬ ਇੱਕੀ ਦਾ ਮਹਿਲ ਹੈ? ਤਾਂ ਉਹ ਕਹਿੰਦੇ ਜੀ ਇਹ ਦੁਨੀਆ ਕਹਿੰਦੀ ਮੱਸੇ ਰੰਗੜ, ਮੈਂ ਨਹੀਂ ਮੰਨਦਾ। ਅਤੇ ਜਦੋਂ ਅਸੀਂ ਇਹ ਗੱਲ ਹੁਣ ਪਤਾ ਲੱਗ ਚੁੱਕੀ ਸੀ, ਮੱਸਾ ਰੰਗੜ ਤਕਰੀਬਨ 10-12 ਕਿਲੋਮੀਟਰ ਪਹਿਲੇ ਇਹ ਲੋਹਗੜ੍ਹ ਖਾਲਸਾ ਰਾਜਧਾਨੀ ਤੋਂ ਪਹਿਲੇ ਦਾ ਮਹਿਲ ਹੋਣ ਦਾ ਮਤਲਬ ਵੱਡੀ ਗੱਲ ਸੀ ਕਿ ਇੱਥੇ ਕੁਛ ਨਾ ਕੁਛ ਹੋਰ ਵੀ ਗੱਲ ਹੋਈ ਹੈ, ਹੋਰ ਰਿਕਾਰਡ ਖੰਗਾਲਿਆ ਗਿਆ। ਵੀ ਫਾਊਂਡ 85 ਵਿਲੇਜਸ ਆਫ ਰੰਗੜ ਇਨਹੈਬਿਟੇਡ ਇਨ ਦਾ ਏਰੀਆ ਆਫ ਲੋਹਗੜ੍ਹ ਖਾਲਸਾ ਰਾਜਧਾਨੀ, ਜਿਨ੍ਹਾਂ ਨੇ ਇੱਥੇ 1717 ਤੋਂ ਲੈ ਕੇ 1740 ਤੱਕ ਵੰਜਾਰੇ ਸਿੱਖਾਂ, ਸਿੱਖਲੀ ਘਰਾਂ, ਪੀਲ ਸਿੱਖਾਂ, ਲਬਾਣੇ ਸਿੱਖਾਂ ਦਾ ਇੱਥੇ ਜੈਨੋਸਾਈਡ ਕੀਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕੈਪਚਰ ਹੋ ਗਏ। ਔਰ ਉਹ ਜਿਹਦਾ ਪਿੰਡਾਂ ਦਾ ਨਾਮ ਹੈ ਮਸਾਣਾ ਰਾਂਗੜਾਂ, ਤਲੇੜੀ ਰਾਂਗੜਾਂ। ਇਸ ਤਰ੍ਹਾਂ 85 ਵਿਲੇਜਸ ਰੰਗੜਾਂ ਦੇ। 1947 ਤੋਂ ਬਾਅਦ ਇਹ ਰੰਗੜ ਜਿਹੜੇ ਮੁਸਲਮਾਨ ਸੀਗੇ ਇਹ ਪਾਕਿਸਤਾਨ ਚਲੇ ਗਏ ਔਰ ਸਿੱਖ ਪਾਪੂਲੇਸ਼ਨ ਇਹਨਾਂ ਪਿੰਡਾਂ 'ਚ ਆ ਕੇ ਵੱਸ ਗਈ। ਇਸ ਤਰ੍ਹਾਂ ਮਤਲਬ ਔਰ ਲੱਖੀ ਸ਼ਾਹ ਵੰਜਾਰੇ ਦੇ 55 ਖੂਹ ਮਿਲੇ ਉੱਥੇ। ਔਰ ਅਸੀਂ ਅੱਜ ਤੱਕ ਇਹ ਦੱਸਦੇ ਰਹੇ ਵੀ ਲੱਖੀ ਸ਼ਾਹ ਵੰਜਾਰਾ ਬੜਾ ਗਰੀਬ ਆਦਮੀ ਸੀਗਾ। ਇੱਥੇ ਬੜੇ ਸਾਰੇ ਐਸੇ ਡਾਕੂਮੈਂਟਰੀ ਐਵੀਡੈਂਸਿਸ ਮਿਲ ਗਏ ਵੀ ਇਸ ਖਾਲਸਾ ਰਾਜਧਾਨੀ ਦੇ ਜੋ ਓਰਿਜਨਲ ਇਨਹੈਬੀਟੈਂਟ ਸੀ ਉਹ ਵੰਜਾਰੇ ਸੀਗੇ ਔਰ ਦੇ ਵਰ ਵੈਰੀ ਰਿਚ ਪੀਪਲ, ਜਿਹਨਾਂ ਦੇ ਇਨਹੈਬੀਟੈਂਟਸ ਮਿਲਦੇ ਆ। ਔਰ ਜਿਹੜੇ ਇਹਨਾਂ ਲੋਕਾਂ ਨੇ ਜਦੋਂ ਬਹੁਤ ਜਦੋਂ ਮਤਲਬ ਇੱਥੇ ਮੁਗਲ ਫੌਜ ਦਾ ਜ਼ੋਰ ਪੈ ਗਿਆ ਅਤੇ ਇਹ ਸਾਰੇ ਉੱਪਰ ਪਹਾੜਾਂ 'ਚ ਚਲੇ ਗਏ। ਜਦੋਂ ਅਸੀਂ ਨਾਂਦ ਏਰੀਆ 'ਚ ਘੁੰਮਦੇ ਹਾਂ, ਸਿੱਖਲੀ ਕਰਾਂ ਅਤੇ ਵੰਜਾਰਿਆਂ ਦੇ ਪਿੰਡ ਆਮ ਤੌਰ 'ਤੇ ਮਿਲ ਜਾਂਦੇ ਨੇ ਉਸ 20 ਕਿਲੋਮੀਟਰ 'ਤੇ। ਮਤਲਬ ਉਸ ਵੇਲੇ 1984 ਦੀ ਵੀ ਯਾਦ ਆਉਂਦੀ ਹੈ ਕਿ ਜੋ ਰੋਟੀ ਖਾਂਦੇ ਵੱਸਦੇ ਰਸਦੇ ਘਰਾਂ ਨੂੰ 1984 ਦੇ ਵਿੱਚ ਉਜਾੜਿਆ, ਇਹ ਇਤਿਹਾਸ ਹਿਸਟਰੀ ਰਿਪੀਟ ਹੋਈ ਹੈ 84 ਵਾਲੀ, ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀ ਹੈ। ਦੇਖੋ, ਖੈਰ ਅਸੀਂ ਉਸ ਮੁੱਦੇ 'ਤੇ ਨਹੀਂ ਗੱਲ ਕਰ ਸਕਦੇ ਅੱਜ ਜੀ। ਮੈਂ ਜੇ ਇਸ ਦੀ ਮੁਖਲਿਸਗੜ੍ਹ ਦੀ ਗੱਲ ਨੂੰ ਥੋੜ੍ਹਾ ਜਿਹਾ ਦੁਬਾਰਾ ਚੇਤਾ ਕਰਾਂ ਵੀ ਹਿੰਦੁਸਤਾਨ ਦੇ ਅੰਦਰ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਗਵਰਨਮੈਂਟ ਦੀ ਬਾਡੀ ਹੈ, ਉਹ ਕਹਿ ਰਹੀ ਹੈ ਮੁਖਲਿਸਗੜ੍ਹ ਅੱਜ ਵੀ ਖੜ੍ਹਾ ਹੈ ਉੱਥੇ, ਉੱਥੇ 2 ਕਰੋੜ ਰੁਪਇਆ ਸਰਕਾਰ ਦਾ ਉਸ ਨੂੰ ਮੇਨਟੇਨ ਕਰਨ 'ਚ, ਪ੍ਰੋਟੈਕਟ ਕਰਨ 'ਚ ਖਰਚਾ ਵੀ ਹੋਇਆ ਹੋਇਆ, ਅਤੇ ਸਾਡੇ ਹਿਸਟੋਰੀਅਨ ਉਸ ਕਿਤਾਬ ਤੱਕ ਨਹੀਂ ਪਹੁੰਚ ਸਕੇ। ਸਾਡੇ ਹਿਸਟੋਰੀਅਨ ਜਿਹੜੇ ਲਿਖ ਰਹੇ ਨੇ ਕਿ ਚਿਤੌੜਗੜ੍ਹ ਕਿਲ੍ਹੇ ਨੂੰ
तीन हफ्तों के अंदर मुगल सम्राट ने सीजर पा के सरेंडर करवा लिया। इतने तुम लिख रहे हो 2.5 लाख की सेना 6 साल 3 सम्राट वह सरेंडर नहीं करा सके, तद भी उन्होंने ध्यान नहीं गया भी वह 600 एकड़ के किले को 3 हफ्ते सरेंडर हो गए तो ये 6 साल 2.5 लाख फौज 3 सम्राट क्या 24 एकड़ जगह हो सकती है? उन्होंने अर्थमैटिकली भी जे वो कंपैरिजन कर लेंगे तो शायद अगर जे एक भी गलती नाल कोई स्टोरियन इतने आ गया हों तो समय का बादशाह बन गया हों। असी दोनों बंदा सिंह बहादुर की चेयर है हरियाणा कुरुक्षेत्र यूनिवर्सिटी, अमरजीत सिंह चेयरमैन है जी, असी दोनों वो गए सानू माड़ा मोटा लभ गया सी, 200-250 एकड़ 500 एकड़ लभ गए सन, असी वो गए भी चल चेयरमैन भी है हरियाणा का भी है साडा जाणू भी है ये 10-12 सैमीनार भी असं अटेंड किए हुए ने चल इन जोड़ लीए। लेकिन साढ़े मुँह जाते हैं सवाल निकल गया प्रोफेसर साहब इतों लोहगढ़ किन्ने किलोमीटर है दस सकते हो? दूजी गल भी लोहगढ़ का साइज की हो दस सकते हो? वो उस वे भाप गया भी ये कुछ लाभ आए ने उन्हूं इन्ना गुस्सा एक गल क्वेश्चन सुन के आ गया उन्हें साढ़े जो व्यवहार किया वो सानू इन्नी एनर्जी मिली भी इतों कित मदद नहीं मिलनी सीधा अपना लोहगढ़ वाल मूँह करो तो उत्थे सब कुछ भी है जी 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 जी। दोस्तों प्रोग्राम असी जारी रखेंगे इसी तरह मिलते छोटे जे ब्रेक तो बाद।